ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਵੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਆ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਬਹੁਤ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਇਹ ਖਾਸ ਸ਼ੋਅ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਈਦਾ ਜੀ ਜਿਦੇ ਵਿੱਚ ਅਸੀਂ ਟਰੱਕਿੰਗ ਇੰਡਸਟਰੀ ਦੇ ਨਾਲ ਸੰਬੰਧਿਤ ਫੰਡਿੰਗ ਜਿਹੜੀ ਹੈਗੀ ਆ ਫੈਕਟਰੀਂਗ ਜਿਹੜੀ ਹੈ ਇੰਸ਼ੋਰੈਂਸ ਹੈ ਜਾਂ ਡਿਸਕਾਊਂਟਡ ਫਿਊਲ ਕਾਰਡ ਹੈ ਉਹਦੇ ਬਾਰੇ ਗੱਲ ਕਰੀਦੀ ਹੈ ਕੰਪਾਸ ਫੰਡਿੰਗ ਸੋਲੂਸ਼ਨ ਵੱਲੋਂ ਤੇ ਨਾਲ ਦੀ ਨਾਲ ਸਾਡੇ ਨਾਲ ਮਹਿਮਾਨ ਜਿਹੜੇ ਜੁੜਦੇ ਨੇ ਉਹ ਦਵਿੰਦਰ ਸਿੰਘ ਜੀ ਗੱਲ ਕਰਦੇ ਨੇ ਅਕਸਰ ਜ਼ਿਆਦਾਤਰ ਔਰ ਅੱਜ ਉਹ ਸਾਡੇ ਸਟੂਡੀਓ ਦੇ ਵਿੱਚ ਕੈਲੀਫੋਰਨੀਆ ਆਏ ਨੇ ਸੋ ਇੱਥੋਂ ਅਸੀਂ ਤੁਹਾਨੂੰ ਇਹ ਜਾਣਕਾਰੀ ਜਿਹੜੀ ਦੇਣੀ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਦਵਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਸੇ ਤਾਂ ਸਕਾਈਪ ਤੇ ਵੀ ਗੱਲ ਬੜੀ ਵਧੀਆ ਹੋ ਜਾਂਦੀ ਸੀ ਜੀ ਜਾਣਕਾਰੀ ਪੂਰੀ ਵਧੀਆ ਦਿੰਦੇ ਸੀ ਤੇ ਵੈਸੇ ਉਹ ਗਾਣਾ ਜਿਵੇਂ ਹੈਗਾ ਹਿੰਦੀ ਫਿਲਮ ਦਾ ਵੀ ਜੋ ਬਾਤ ਤੁਝ ਮੇ ਹੈ ਤੇਰੀ ਤਸਵੀਰ ਮੇ ਨਹੀਂ ਪਰ ਉਹ ਸਾਹਮਣੇ ਸਾਹਮਣੇ ਤੁਸੀਂ ਆਏ ਹੋ ਇੱਕ ਤਾਂ ਵੈਸੇ ਵਧੀਆ ਲੱਗਦਾ ਦਰਸ਼ਨ ਮੇਲੇ ਹੋ ਜਾਂਦੇ ਆ ਤੇ ਇੱਕ ਚਲੋ ਉਦਾਂ ਗੱਲਬਾਤ ਵੀ ਥੋੜਾ ਜਿਹਾ ਹੋਰ ਮਜ਼ਾ ਆਉਂਦਾ ਬਿਲਕੁਲ ਬਿਲਕੁਲ ਜੀ ਚਲੋ ਬਹੁਤ ਬਹੁਤ ਸਵਾਗਤ ਹੈ ਨਾਦੀਨ ਜੀ ਅਗਰ ਅਸੀਂ ਗੱਲ ਕਰੀਏ ਦਿਵਿੰਦਰ ਸਿੰਘ ਜੀ ਕੈਂਪਸ ਦੀ ਗੱਲ ਅਕਸਰ ਕਰੀਦੀ ਆ ਔਰ ਬਹੁਤ ਸਾਰੇ ਸਾਨੂੰ ਵੀ ਦੋਸਤ ਨੇ ਤਰਕਈ ਵਾਰ ਪੁੱਛਦੇ ਨੇ ਹਾਂਜੀ ਜ਼ਿਕਰ ਕਰਦੇ ਨੇ ਵੀ ਉਹ ਕੀ ਹੈਗਾ ਜਾਂ ਕਿਵੇਂ ਸੰਪਰਕ ਅਸੀਂ ਕਰ ਸਕਦੇ ਆ ਜਾਂ ਤੁਸੀਂ ਕਹ ਕਹ ਦਿਓ ਸਾਡੀ ਸਪਾਰਸ਼ ਕਰ ਦਿਓ ਤਾਂ ਮੈਂ ਕਹਿੰਦਾ ਸਪਾਰਸ਼ ਵਾਲਾ ਕੰਮ ਤਾਂ ਇੰਡੀਆ ਹੁੰਦਾ ਇੱਥੇ ਤਾਂ ਸਪਾਰਸ਼ ਵਾਲਾ ਕੰਮ ਹੈ ਨਹੀਂ ਪਹਿਲਾਂ ਤਾਂ ਇਹ ਦੱਸੋ ਵੀ ਇਹਦੇ ਵਿੱਚ ਕੋਈ ਸਪਾਰਸ਼ ਵਾਲਾ ਕੰਮ ਹੈਗਾ ਜਾਂ ਹਰ ਬੰਦੇ ਨੂੰ ਪ੍ਰੋਪਰ ਹੀ ਟਰੀਟ ਕੀਤਾ ਜਾਂਦਾ ਦੇਖੋ ਹਰ ਬੰਦੇ ਨੂੰ ਪ੍ਰੋਪਰ ਤੇ ਇਕੁਅਲ ਟਰੀਟ ਕੀਤਾ ਜਾਂਦਾ ਵੇ ਜੀ ਤੇ ਜੇ ਤੁਸੀਂ ਕਹਿੰਦੇ ਹੋ ਜੇ ਦੇਖਦੇ ਹੋ ਕਿ ਅਸੀਂ ਕਿਵੇਂ ਟਰੀਟ ਕਰਦੇ ਆ ਹਰ ਬੰਦਾ ਸਾਡੇ ਲਈ ਸਪੈਸ਼ਲ ਹੈ ਜੀ ਸੋ ਜੇ ਤੁਸੀਂ ਇੱਧਰ ਆਓਗੇ ਅਸੀਂ ਜ਼ਰੂਰ ਤੁਹਾਨੂੰ A to Z ਤੁਹਾਡਾ ਕੰਮ ਜਿਹੜਾ ਹੈਗਾ ਅਸੀਂ ਜਿਵੇਂ ਫੈਮਲੀ ਹੋ ਤੁਸੀਂ ਅਸੀਂ ਓਨ ਸਟਰੀਟ ਕਰਾਗੇ ਤੁਸੀਂ ਬਿਜ਼ਨਸ ਉਹ ਨਹੀਂ ਹੈਗੇ ਸਾਡੇ ਲਈ ਅਸੀਂ ਐ ਨਹੀਂ ਦੇਖਦੇ ਤੁਹਾਨੂੰ ਅਸੀਂ ਪੈਸੇ ਆ ਦੇ ਉਹਦੇ ਚ ਨਹੀਂ ਦੇਖਦੇ ਅਸੀਂ ਤੁਹਾਨੂੰ ਫੈਮਲੀ ਵਾਂਗ ਦੇਖ ਕੇ ਫੈਮਲੀ ਵਾਂਗੀ ਟ੍ਰੀਟ ਕਰਾਗੇ ਹਾਂ ਬਿਲਕੁਲ ਜੀ ਕੰਪਾਸ ਦੀ ਜਦੋਂ ਗੱਲ ਕਰੀ ਦੀ ਹੈ ਤੇ ਫਿਰ ਸਭ ਤੋਂ ਪਹਿਲਾਂ ਤਾਂ ਗੱਲ ਆਉਂਦੀ ਹੈ ਫੈਕਟਰੀਂਗ ਦੀ ਹਾਂਜੀ ਤੇ ਉਹਦਾ ਕੰਪਾਸ ਦਾ ਜ਼ਿਕਰ ਅਸੀਂ ਅਕਸਰ ਕਰਦੇ ਰਹੇ ਤਾਂ ਕੰਪਾਸ ਦਾ ਕੰਮ ਬਹੁਤ ਵੱਡੇ ਨੇ ਬਹੁਤ ਲੰਬੇ ਚੌੜੇ ਕੰਮ ਨੇ ਟਰਕਿੰਗ ਸੇਲ ਦਾ ਵੀ ਹੈ ਲੀਜ਼ ਦਾ ਵੀ ਹੈ ਟ੍ਰੇਲਰ ਦਾ ਵੀ ਹੈ ਬਿਲਕੁਲ ਤੇ ਫੈਕਟਰੀਂਗ ਦਾ ਵੀ ਸਾਰਾ ਕੁਝ ਹੈਗਾ ਤੇ ਫੈਕਟਰੀਂਗ ਤੋਂ ਅਸੀਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਾਂਗੇ ਜੀ ਫੈਕਟਰੀਂਗ ਬਾਰੇ ਦੱਸੋ ਸਾਡੇ ਦਰਸ਼ਕਾਂ ਨੂੰ ਫੈਕਟਰੀਂਗ ਦਾ ਕੀ ਫਾਇਦਾ ਹੈਗਾ ਤੇ ਕਿਉਂ ਕਰਾਉਣੀ ਜ਼ਰੂਰੀ ਹੈ ਫੈਕਟਰੀਂਗ ਜੋ ਹੈ ਉਹ ਹੁਣ ਕਈ ਸੋਚਦੇ ਨੇ ਕਿ ਜੇ ਤੁਸੀਂ ਛੋਟੇ ਇੱਕ ਟਰੱਕ ਜਾਂ ਦੋ ਟਰੱਕ ਵਾਲੇ ਹੈਗੇ ਹੋ ਫਿਰ ਤੁਹਾਨੂੰ ਫੈਕਟਰੀਂਗ ਚਾਹੀਦੀ ਹੈ ਪਰ ਨਹੀਂ ਫੈਕਟਰੀਂਗ ਜੋ ਹੈ ਉਹ ਕੈਸ਼ ਫਲੋ ਹੈ ਹੈਨਾ ਜੇ ਤੁਸੀਂ ਨਵੇਂ-ਨਵੇਂ ਸ਼ੁਰੂ ਕੀਤੇ ਹੋਏ ਰਾਈਟ ਆਪਣਾ ਕੰਪਨੀ ਆਪਣੀ ਕੰਪਨੀ ਹੁਣੇ ਹੀ ਸ਼ੁਰੂ ਕੀਤੀ ਹੋਏ ਰਾਈਟ ਤੁਹਾਨੂੰ ਕੈਸ਼ ਫਲੋ ਚਾਹੀਦਾ ਹੀ ਚਾਹੀਦਾ ਰਹੇ ਰਾਈਟ ਜੇ ਤੁਸੀਂ ਆ 10 ਸਾਲ 15 ਸਾਲ ਦੀ ਚਲਾ ਰਹੇ ਹੋ ਤੇ ਤੁਸੀਂ ਵਧਣਾ ਚਾਹੁੰਦੇ ਹੋ ਆਪਣੀ ਕੰਪਨੀ ਨੂੰ ਹੋਰ ਵਧਾਣਾ ਚਾਹੁੰਦੇ ਹੋ ਫਿਰ ਵੀ ਤੁਹਾਨੂੰ ਕੈਸ਼ ਫਲੋ ਚਾਹੀਦਾ ਹੈ ਜੀ ਰਾਈਟ ਸੋ ਕੈਸ਼ ਫਲੋ ਇੱਕ ਇਹੋ ਜੀ ਚੀਜ਼ ਹੈ ਕਿ ਉਸ ਤੋਂ ਬਿਨਾਂ ਤੁਸੀਂ ਆਪਣਾ ਕੰਮ ਚਲਾ ਨਹੀਂ ਸਕੋਗੇ ਤੁਸੀਂ ਜਿੰਨੀ ਗਰੋਥ ਕਰਨਾ ਚਾਹੁੰਦੇ ਹੋ ਗਰੋ ਨਹੀਂ ਕਰ ਸਕੋਗੇ ਵਧ ਨਹੀਂ ਸਕਦੇ ਕੈਸ਼ ਫਲੋ ਤੋਂ ਬਿਨਾਂ ਸੋ ਜਿਹੜੀ ਫੈਕਟਰੀਿੰਗ ਸਮਝੋ ਕਿ ਇਹ ਹੀ ਹੋਏਗਾ ਵੇ ਕਿ ਤੁਹਾਡੇ ਖੁੱਲਾ ਕੈਸ਼ ਫਲੋ ਆ ਜਾਂਦਾ ਵੇ ਜੀ ਤੁਸੀਂ ਇਨਵੋਇਸ ਅੰਨੂ ਦੇ ਦਿੰਦੇ ਹੋ ਅਸੀਂ 1 ਕਿਆ 2 ਦਿਨਸ ਤੁਹਾਨੂੰ ਪੈਸੇ ਦੇ ਦਿੰਦੇ ਆ ਤੁਹਾਡਾ ਕੈਸ਼ ਫਲੋ ਸ਼ੁਰੂ ਹੋ ਗਿਆ ਰਾਈਟ ਅਸੀਂ ਵੇਟ ਕਰਦੇ ਆ 90 ਦਿਨ 60 ਡੇਸ 30 ਡੇਸ ਜਿੰਨਾ ਵੀ ਹੋਇਆ 40 ਕੁ ਦਿਨ ਹੋਣ ਰਾਈਟ ਉਹ ਅਸੀਂ ਵੇਟ ਕਰਦੇ ਆ ਤੇ ਅੱਛਾ ਅਸੀਂ ਗੱਲ ਕਰੀਏ ਜਿਹਦੇ ਨਿਵਾਇਸ ਦੀ ਗੱਲ ਕਰਦੇ ਆ ਕਹਿਣ ਨੂੰ ਆ ਜਾਂਦਾ ਵੀ ਇੱਕ ਇਨਵੋਇਸ ਦੋ ਇਨਵੋਇਸਾਂ ਨਿਵਾਇਸਾਂ ਤਾਂ ਬਹੁਤ ਵੱਡੀਆਂ ਵੱਡੀਆਂ ਵੀ ਹੁੰਦੀਆਂ ਹੋਣਗੇ ਜੀ ਹਾਂਜੀ ਤੇ ਇਹਦੇ ਵਿੱਚ ਕੋਈ ਫਰਕ ਹੈਗਾ ਕਿ ਫੈਕਟਿੰਗ ਦੇ ਵਿੱਚ ਜੇ ਇੱਕ ਇਨਵੋਇਸ ਛੋਟੀ ਹੈ ਤੇ ਜਾਂ ਕਿਸੇ ਦੀ ਇਨਵੋਇਸ ਵੱਡੀ ਹੈ ਕਿਸੇ ਦੇ 10 ਟਰੱਕ ਨੇ ਕਿਸੇ ਦੇ 20 ਨੇ ਉਹਨਾਂ ਦੀ ਇਨਵੌਇਸ ਵਾਕਿਆ ਹੀ ਵੱਡੀ ਹੋਏਗੀ ਤੇ ਜਿਨ੍ਹਾਂ ਦੇ 1-2 ਨੇ ਉਹਨਾਂ ਦੀ ਛੋਟੀ ਹੋਏਗੀ ਇਹਦਾ ਕੋਈ ਫਰਕ ਹੈਗਾ ਉਸ ਤੇ ਨਹੀਂ ਦੇਖੋ ਇਨਵੌਇਸ ਤੋਂ ਜਿਹੜੀ ਹੈਗੀ ਉਹਨਾਂ ਦੇ ਰੇਂਜ ਤੇ ਲਗਭਗ ਸੇਮ ਹੀ ਹੁੰਦਾ ਵੇ ਹੈਨਾ ਜਿਨ੍ਹਾਂ ਕੋਲ 10 ਟਰੱਕ ਨੇ ਉਹਨਾਂ ਦੇ ਕੋਲ ਜ਼ਿਆਦਾ ਇਨਵੌਇਸਜ਼ ਜ਼ਿਆਦਾ ਹੋਣਗੇ ਜਿਨ੍ਹਾਂ ਕੋਲ 2 ਟਰੱਕ ਨੇ ਉਹਨਾਂ ਦੇ ਕੋਲ ਇਨਵੌਇਸਜ਼ ਥੋੜੇ ਜਿਹਾ ਘੱਟ ਹੋਣਗੇ ਪਰ ਮੈਂ ਸਲਾਹ ਕਰਦਾ ਵਾ ਕਿ ਤੁਸੀਂ ਇੱਕ ਇੱਕ ਇਨਵੌਇਸ ਨਾ ਦਿਆ ਕਰੋ ਕਿਉਂਕਿ ਜਦੋਂ ਤੁਸੀਂ ਇੱਕ ਇੱਕ ਇਨਵੌਇਸ ਦਿੰਦੇ ਹੋ ਉਹਦੇ 'ਚ ਜਿਹੜਾ ਏਸੀਐਚ ਦਾ ਚਾਰਜ ਹੁੰਦਾ ਵੇ ਰਾਈਟ ਉਹ ਤੁਹਾਨੂੰ ਮਾਰ ਦਿੰਦਾ ਵੇ ਜੀ ਤੁਸੀਂ ਬੈਚ ਜੇ ਦਿਓ ਤੇ ਬੈਚ ਦੇ ਵਿੱਚ ਸੌਖਾ ਹੋ ਜਾਂਦਾ ਸੱਤ 10 ਤੇ 11 ਜਿੰਨੇ ਵੀ ਹੋਣ ਰਾਈਟ ਇੱਕੋ ਵਾਰੀ ਲੈਣ ਦਾ ਜੀ ਸੋ ਉਹ ਥੋੜਾ ਜਿਹਾ ਇਟਸ ਈਜ਼ੀਅਰ ਟੂ ਮੇਨਟੇਨ ਤੇ ਹੈਂਡਲਸ ਨਾ ਪਰ ਜੇ ਤੁਸੀਂ ਇੱਕ ਇੱਕ ਇਨਵੋਇਸ ਦਿਓਗੇ ਤੇ ਇੱਕ ਇੱਕ ਦੇ ਵਿੱਚ 5 ਜਾਂ 10 ਡਾਲਰ ਨਿਕਲਦੇ ਰਹਿਣਗੇ ਤੇ ਤੁਸੀਂ ਬਹੁਤ ਫਿਰ ਉਹ ਵੇਸਟ ਕਰੋਗੇ ਆਪਣੇ ਹਾਂ ਜੀ ਔਖਾ ਲੱਗਦਾ ਸੋ ਇਕੱਠੀ ਇਨਵੋਇਸ ਦਾ ਹੀ ਫਾਇਦਾ ਬਿਲਕੁਲ ਤੇ ਤੁਸੀਂ ਜਿਹੜਾ ਜਿਵੇਂ ਆਪਾਂ ਦੱਸਦੇ ਹਾਂ ਕਿ ਇੱਕ ਜਾਂ ਦੋ ਦਿਨ ਦੇ ਵਿੱਚ ਵਿੱਚ ਪੇਮੈਂਟ ਕਰ ਦਿੰਦੇ ਹੋ ਜਾਂ ਮੈਕਸਿਮਮ ਟਾਈਮ ਵੱਧ ਵੀ ਲੱਗ ਸਕਦਾ ਨਹੀਂ ਨਹੀਂ ਅਸੀਂ ਇੱਕ ਇੱਕ ਜਾਂ ਦੋ ਦਿਨ ਵਿੱਚ ਪਹਿਲੇ ਤੁਹਾਡੀ ਇਨਵੋਇਸ ਮਿਲਦੀ ਹੈ ਤੇ ਅਸੀਂ ਵੈਰੀਫਾਈ ਕਰਦੇ ਆ ਬ੍ਰੋਕਰ ਦੇ ਨਾਲ ਜੀ ਬ੍ਰੋਕਰ ਦੇ ਨਾਲ ਵੈਰੀਫਾਈ ਕਰਕੇ ਇੱਕ ਜਾਂ ਦੋ ਦਿਨ ਚ ਤੁਹਾਨੂੰ ਪੈਸੇ ਮਿਲ ਗਏ ਸ਼ਾਇਦ ਇੱਕ ਅਜਿਹਾ ਟਾਈਮ ਆਏ ਕਿ ਅਸੀਂ ਇੱਕ ਜਾਂ ਦੋ ਦਿਨ ਚ ਨਾ ਦੇ ਸਕੀਏ ਕਿਉਂਕਿ ਤੁਹਾਡੇ ਤੁਹਾਡੀ ਜਿਹੜੀ ਇਨਵੋਇਸ ਦਿੱਤੀ ਹੋਈ ਹੈ ਉਹਦੇ ਵਿੱਚ ਕੁਝ ਗੜਬੜ ਹੋਏ ਤੁਹਾਡਾ ਬੀਓਐਲ ਦੇ ਵਿੱਚ ਕੋਈ ਗੜਬੜ ਹੋਏ ਜਾਂ ਬ੍ਰੋਕਰ ਕਹੇ ਕਿ ਨਹੀਂ ਜਿਹੜਾ ਇਨਵੋਇਸ ਹੈ ਗਲਤ ਹੈ ਇਹ ਵੇ ਉਹ ਹੈ ਲੰਪਰ ਨੇ ਕਟਿਆ ਵੇ ਸੋ ਕਈ ਚੀਜ਼ਾਂ ਨਿਕਲ ਆਉਂਦੀਆਂ ਨੇ ਬਟ ਮੋਸਟਲੀ ਜਿਹੜੇ ਜੇ ਦੇਖੋ 90 ਤੋਂ 95% ਦੇ ਟਾਈਮ ਸਿੱਧਾ ਤੋਂ ਇੱਕ ਜਾਂ ਦੋ ਦਿਨਾਂ ਵਿੱਚ ਮਿਲ ਜਾਂਦੀ ਹੈ ਕੋਈ ਜਾਂਦੇ ਚਾਹੇ ਇਨਵੌਇਸ ਚਾਹੇ ਬਿੱਲ ਬੜਾ ਵੱਡਾ ਤੇ ਚਾਹੇ ਬਿੱਲ ਛੋਟਾ ਛੋਟਾ ਵੀ ਹੋ ਜਾ ਵਡਾ ਵੀ ਹੋ ਜਾ ਹਾਂਜੀ ਠੀਕ ਹੈ ਜੀ ਤੇ ਫਿਰ ਤੁਹਾਨੂੰ ਕਦੇ ਤਾਂ ਫੋਇਆ ਵੀ ਤੁਸੀਂ ਪੈਸੇ ਦੇ ਦਿੱਤੇ ਹੁਣ ਗਾਂਹ ਤੁਹਾਨੂੰ ਪ੍ਰੋਬਲਮ ਆਈ ਹੋਵੇ ਬ੍ਰੋਕਰ ਵੱਲੋਂ ਜਾਂ ਬਿਲਕੁਲ ਆਂਦੀ ਆਂਦੀ ਹੈ ਫਿਰ ਉਹਦਾ ਕੀ ਹੱਲ ਕਰਦੇ ਆ ਉਹਦਾ ਦੇਖੋ ਜੇ ਰੀਕਵਰਸ ਹੋਇਆ ਤੇ 90 ਦਿਨ ਤੋਂ ਬਾਅਦ ਤੇ ਅਸੀਂ ਚਾਰਜ ਬੈਕ ਕਰਦੇ ਆ ਅੱਛਾ ਜੀ ਅੱਛਾ ਹੁਣ ਕਿ ਇਹਨੂੰ ਬਹੁਤ ਇੱਕ ਭੁਲੇਖਾ ਹੈਗਾ ਵੇ ਕਿ ਜਿਹੜਾ ਨਾਨ ਰੀਕੋਰਸ ਦਾ ਮਤਲਬ ਹੈ ਕਿ ਉਹਨਾਂ ਦੀ ਛੁੱਟੀ ਤੇ ਸਾਡੀ ਜਿਹੜੀ ਨਾਨ ਰੀਫੋਰਸ ਕੀ ਇਹ ਦੋਹਾਂ ਦਾ ਫਰਕ ਜ਼ਰੂਰ ਦੱਸ ਦੋ ਹਾਂਜੀ ਸੋ ਨਾਨ ਰੀਕੋਰਸ ਜਿਹੜੇ ਹੈਗੇ ਨੇ ਸਮਝਦੇ ਨੇ ਕਿ ਜਦੋਂ ਉਹਨਾਂ ਨੇ ਸਾਨੂੰ ਇਨਵੋਇਸ ਦੇ ਦਿੱਤੀ ਉਹ ਹੁਣ ਸਾਡੀ ਪ੍ਰੋਬਲਮ ਬਣ ਗਈ ਜੀ ਜੇ ਕਲੈਕਟ ਨਾ ਕੀਤਾ ਗਿਆ ਤੇ ਉਹ ਫਿਰ ਸਾਡੀ 네ਗੇਟਿਵ ਸਾਡੇ ਚ ਜਾਂਦਾ ਵੇ ਹੈਨਾ ਪਰ ਇਹ ਗੱਲ ਸੱਚ ਨਹੀਂ ਹੈ ਨਾਨ ਰੀਕੋਰਸ ਜਿਹੜਾ ਹੈਗਾ ਵੇ ਉਹਦੀ ਜਿਹੜੀ ਤੁਹਾਨੂੰ ਛੁੱਟੀ ਹੈਗੀ ਉਹਦੋਂ ਹੀ ਮਿਲਦੀ ਹੈ ਜਦੋਂ ਤੁਹਾਡਾ ਬ੍ਰੋਕਰ ਬੈਂਕਰਪਸੀ ਜਾਂ ਇਨਸਾਲਵੈਂਸੀ ਫਾਈਲ ਕਰਦਾ ਹੈ ਜੀ ਜੇ ਉਹਨੇ ਉਹ ਨਹੀਂ ਕੀਤਾ ਰਾਈਟ ਫਿਰ ਤੇ ਤੁਹਾਨੂੰ ਚਾਰਜ ਬੈਕ ਹੀ ਹੋਏਗਾ ਸੋ ਜਿਹੜਾ ਨਾਨ ਰੀਕੋਰਸ ਅਸੀਂ ਅਸਲਚ ਕਹਿੰਦੇ ਆ ਨਾਨ ਰੀਕੋਰਸ ਹੈ ਹੀ ਨਹੀਂ ਅੱਛਾ ਹਾਂ ਜੀ ਕਹਿ ਦਿੰਦੇ ਆ ਇਹ ਹੈਗਾ ਵੀ ਇੱਕ ਨਹੀਂ ਜੇ ਮਤਲਬ ਉਹਨੇ ਥੋੜੀ ਹੋਰ ਕਲੀਅਰ ਕਰ ਦਈਏ ਜੇ ਬ੍ਰੋਕਰ ਨੇ ਬੈਂਕਰਪਸੀ ਕਰਤੀ ਹੈ ਤੇ ਫਿਰ ਤੁਸੀਂ ਪੈਸੇ ਵਾਪਸ ਉਹਨਾਂ ਕੋ ਲੈ ਲੈਨੇ ਹੋ ਤੇ ਜੇ ਬੈਂਕਰਪਸੀ ਨਹੀਂ ਕੀਤੀ ਟਾਈਮ ਵੱਧ ਲੱਗ ਰਿਹਾ ਫਿਰ ਨਹੀਂ ਫਿਰ ਨਹੀਂ ਫਿਰ ਨਹੀਂ ਫਿਰ ਕੋਈ ਨਹੀਂ ਕੋਈ ਨਹੀਂ ਲੰਦਾ ਹਾਂਜੀ ਜਿਹੜੇ ਸੇਲਸ ਰੈਪਰੈਜ਼ੈਂਟੇਟਿਵਸ ਨੇ ਕੰਪਸ ਵਿੱਚ ਨਹੀਂ ਕਿਉਂਕਿ ਅਸੀਂ ਟ੍ਰੇਨ ਕਰਦੇ ਆ ਬਹੁਤ ਚੰਗੀ ਤਰ੍ਹਾਂ ਪਰ ਹਰ ਦੂਜੀ ਫੈਕਟਰੀਂਗ ਕੰਪਨੀ ਦੇ ਵਿੱਚ ਕਹਿੰਦੇ ਨੇ ਕਿ ਨਾਨ ਰੀਕੋਰਸ ਦਾ ਮਤਲਬ ਹੈ ਕਿ ਤੁਹਾਡੀ ਕੋਈ ਉਹ ਨਹੀਂ ਹੈਗੀ ਰਿਸਪਾਂਸਿਬਿਲਟੀ ਨਹੀਂ ਹੈਗੀ ਇਹ ਬਿਲਕੁਲ ਗਲਤ ਹੈ ਜੇ ਜੇ ਤੁਸੀਂ ਆਪਣੇ ਕੰਟਰੈਕਟ ਵਿੱਚ ਦੇਖੋਗੇ ਨਾ ਮੈਂ ਕਈ ਕੰਟਰੈਕਟ ਦੇਖੇ ਨੇ ਉਹਦੇ ਵਿੱਚ ਕਿ ਅੰਦਾ ਹੈ ਕਿ ਇਨਸਾਲਵੈਂਸੀ ਜਾਂ ਬੈਂਕਰਪਸੀ ਤੇ ਜੇ ਉਹ ਦੋ ਨਾ ਨਿਕਲੇ ਕਿਤੇ ਤੁਹਾਨੂੰ ਚਾਰਜ ਬੈਕ ਹੀ ਚਾਰਜ ਬੈਕ ਹੋਏਗਾ। ਅੱਛਾ ਜੀ। ਇਹ ਵੀ ਪੁਆਇੰਟ ਹੈਗਾ ਤੇ ਕਈ ਫਸਾ ਲੈਂਦੇ ਨੇ ਉਹਦਾ ਕਰਕੇ ਜੀ ਸਾਡੀ ਜ਼ਿੰਮੇਵਾਰੀਆਂ ਤੁਸੀਂ ਲਿਆ ਕੇ ਲੈਣੇ ਪੈਸੇ ਆਪਣੇ ਜਾਓ। ਅਗਲਾ ਦੇਵੇਂ ਨਾ ਜੀ ਸਾਡੀ ਜ਼ਿੰਮੇਵਾਰੀ ਇਹਦਾ ਵੀ ਕਹਿੰਦੇ ਹੁਣ ਕਈ ਲੋਕ। ਬਿਲਕੁਲ ਬਿਲਕੁਲ। ਪਰ ਜਦੋਂ ਕੰਟਰੈਕਟ ਕਰਦੇ ਆ ਤਾਂ ਕੰਟਰੈਕਟ ਦੇ ਵਿੱਚ ਕੰਟਰੈਕਟ ਸਾਫ-ਸਾਫ ਲਿਖਿਆ ਪਰ ਛੋਟਾ-ਛੋਟਾ ਜਿਹਾ ਲਿਖਿਆ ਹੁੰਦਾ ਵੇ। ਹਾਂ ਜੀ। ਇਹ ਤਾਂ ਸਾਰੇ ਕੰਟਰੈਕਟ ਦੇ ਵਿੱਚ ਹੁੰਦਾ ਜੀ ਆਪਾਂ ਪੜਦੇ ਨਹੀਂ ਹੈਗੇ। ਬਿਲਕੁਲ। ਤੇ ਕੰਟਰੈਕਟ ਦੀ ਕੋਈ ਮਿਨੀਮਮ ਜਾਂ ਮੈਕਸਿਮਮ ਟਾਈਮ ਦੀ ਲਿਮਟ ਕੰਟਰੈਕਟ ਜਿਹੜਾ ਹੈਗਾ ਵੇ ਉਹ ਮਿਨਿਮਮ ਜਿਹੜਾ ਹੁੰਦਾ ਵੇ 1 ਸਾਲ ਦਾ ਹੁੰਦਾ ਵੇ ਆ ਇੱਕ ਇੱਕ ਕੰਪਨੀ ਆ ਉਹਦਾ ਨਾਮ ਐ ਇੱਥੇ ਨਹੀਂ ਲੈਣਾ ਚਾਹੁੰਦਾ ਕਿਉਂਕਿ ਅਸੀਂ ਕਿਸੇ ਨੂੰ ਕੋਈ 네ਗੇਟਿਵਲੀ ਦਿਖਾਣਾ ਚਾਹਦੇ ਪਰ ਉਹ ਕਹਿੰਦੇ ਨੇ ਕਿ ਮਨਥ ਟੂ ਮਨਥ ਕੰਟਰੈਕਟ ਹੈ ਸਾਡਾ ਪਰ ਜਿਵੇਂ ਉਹਨਾਂ ਦਾ ਕੰਟਰੈਕਟ ਸੈਟਅਪ ਹੈਗਾ ਤੁਸੀਂ ਇੱਕ ਮਹੀਨੇ ਦੇ ਵਿੱਚ ਤੁਸੀਂ ਆਪਣੀ ਇਨਵੋਇਸ ਦਿਓਗੇ ਜੀ ਰਾਈਟ ਉਹ ਇਨਵੋਇਸ ਦੂਜੇ ਮਹੀਨੇ ਤੱਕ ਕਲੀਅਰ ਨਹੀਂ ਹੋਏਗੀ ਜੀ ਰਹੀ ਜਾਂ ਤੀਜੇ ਮਹੀਨੇ ਤੱਕ ਉਸ ਉਸ ਚਿਰ ਤੱਕ ਤੁਸੀਂ ਫਸੇ ਰਹੋਗੇ ਜੀ ਸੋ ਜਿਹੜਾ ਮੰਥ ਤੇ ਮੰਥ ਕੰਟਰੈਕਟ ਹੈ ਉਹਦੇ ਚੋਂ ਨਿਕਲਣਾ ਬਹੁਤ ਮੁਸ਼ਕਿਲ ਹੁੰਦਾ ਵੇ ਐਟ ਲੀਸਟ ਜਿਹੜਾ ਸਾਲ ਦਾ ਕੰਟਰੈਕਟ ਹੈ ਤੁਹਾਨੂੰ ਪਤਾ ਕਿ ਤੁਸੀਂ ਇਸ ਟਾਈਮ ਤੁਸੀਂ ਆਪਣਾ ਰਿਲੀਜ਼ ਦੇ ਦੋ ਤੇ ਤੁਸੀਂ ਇਸ ਟਾਈਪ ਦੇ ਜੀ ਨਿਕਲ ਸਕਦੇ ਹੋ ਜੀ ਰਾਈਟ ਸੋ ਇਹ ਇਹ ਥੋੜੀ ਜਿਹੀ ਚੀਜ਼ਾਂ ਨੇ ਜਿਹੜੀਆਂ ਜਿਹਦੇ ਚ ਅਸੀਂ ਮਾਰ ਵੀ ਖਾ ਜਾਂਦੇ ਆ ਤੇ ਅਸੀਂ ਪੜਦੇ ਨਹੀਂ ਹੈਗੇ ਨਾ ਇਸ ਦੇ ਉੱਪਰ ਸਾਈਨ ਕਰਕੇ ਫਟਾਫਟ ਪੈਸੇ ਸਾਨੂੰ ਦਿਓ ਬਿਲਕੁਲ ਰਾਈਟ ਤੇ ਕੰਟਰੈਕਟ ਜੇ ਕੋਈ ਬ੍ਰੇਕ ਕਰਦਾ ਤੁਹਾਡੀ ਕੰਪਨੀ ਤੇ ਮੇਰੇ ਖਾਲ ਕੋਈ ਕਦੇ ਕੋਈ ਨਹੀਂ ਚਾਂਸ ਹੋਏਗਾ ਬ੍ਰੇਕ ਕਰਨ ਦਾ ਜਾਂ ਕੋਈ ਕਲਾਇੰਟ ਬ੍ਰੇਕ ਕਰਦਾ ਤੇ ਉਹਦਾ ਉਹਨੂੰ ਕੀ ਨੁਕਸਾਨ ਹੈ ਨੁਕਸਾਨ ਹੈ ਜੀ अर्ਲੀ ਟਰਮੀਨੇਸ਼ਨ ਤੁਸੀਂ ਅਸੀਂ ਜਿੰਨੂੰ ਕਹਿੰਦੇ ਆ ਉਹ ਨਾ ਉਹਦਾ ਵੀ ਥੋੜਾ ਜਿਹਾ ਨੁਕਸਾਨ ਹੁੰਦਾ ਵੇ ਜੀ ਤੇ ਅਸੀਂ ਪੂਰਾ ਕੈਲਕੂਲੇਟ ਕਰਕੇ ਤੁਹਾਡੇ ਨਾਲ ਬੈਠ ਕੇ ਦੇਖਾਂਗੇ ਕਿ ਦੇਖੋ ਇਹਨਾਂ ਨੁਕਸਾਨ ਹੋਏਗਾ ਤੁਸੀਂ 2-3 ਮਹੀਨੇ ਵੇਟ ਕਰ ਲਓ ਫਿਰ ਅਸੀਂ ਤੁਹਾਡਾ ਕੰਟਰੈਕਟ ਜਿਹੜਾ ਉਹ ਕਲੀਅਰ ਕਰ ਦਾਂਗੇ ਜੀ ਵੈਸੇ ਤੇ ਮੇਰੇ ਖਿਆਲ ਅਸੀਂ ਨੌਬਤ ਨਹੀਂ ਆਉਂਦੀ ਹੋਵੇਗੀ ਤੁਹਾਡੀ ਕੰਪਨੀ ਨਾਲ ਖਾਸ ਤੌਰ ਤੇ ਨਹੀਂ ਆਉਂਦੀ ਜੀ ਸਾਡੇ ਕੋਲ ਤੇ ਤੁਸੀਂ ਕੰਪੇਅਰ ਕਰ ਦਿਓ ਹਾਂ ਸਾਡੇ ਕੋਲ ਕਈ ਕਲਾਇੰਟ ਹੈਗੇ ਨੇ ਜਿਹੜੇ ਜਿਨ੍ਹਾਂ ਨੂੰ ਅਪਰੋਚ ਕੀਤਾ ਗਿਆ ਵੇ ਦੂਜੀਆ ਕੰਪਨੀਆਂ ਤੇ ਸੇਲਸ ਰੈਪਰੈਜ਼ੈਂਟੇਟਿਵਸ ਨੇ ਤੇ ਉਹਨਾਂ ਨੇ ਕਿ ਅਸੀਂ ਤੁਹਾਨੂੰ ਘੱਟ ਰੇਟ ਦੇਵਾਂਗੇ ਤੁਸੀਂ ਇਸ ਪਾਸੇ ਆ ਜਾਓ ਤੇ ਉਹਨਾਂ ਦਾ ਜਿਹੜਾ ਹੈਗਾ ਜਵਾਬ ਹੈਗਾ ਕਈ ਹੈਗੇ ਨੇ ਜਿਹੜੇ ਕਹਿੰਦੇ ਨਹੀਂ ਅਸੀਂ ਅਸੀਂ ਚਾਹੇ ਉਹ ਸਾਡੇ ਤੋਂ ਜ਼ਿਆਦਾ ਰੇਟ ਲੈ ਲੈਣ ਅਸੀਂ ਤੋਂ ਵੀ ਜਿਹੜਾ ਵੀ ਅਸੀਂ ਦੇ ਰਿਹਾ ਪਰ ਜਿਹੜੀ ਉਹਨਾਂ ਦੀ ਉਹ ਹੈਗੀ ਹੈ ਨਾ ਅ ਕਸਟਮਰ ਸਰਵਿਸ ਅਸੀਂ ਉਸਲੀ ਇੱਥੇ ਰਹਿ ਰਿਹਾ ਰਿਹਾ ਇਹ ਸਾਰੀ ਚੱਲਦਾ ਜੀ ਇਹ ਸਾਡੇ ਵੀ ਇੱਥੇ ਚੱਲਦੇ ਨੇ ਬਹੁਤ ਇਹੋ ਜਿਹੇ ਕਈ ਫੋਨ ਕਰਨਗੇ ਹਾਂਜੀ ਕਲਾਇੰਟਾਂ ਨੂੰ ਵੀ ਅਸੀਂ ਤੁਹਾਨੂੰ ਸਾਡੇ ਚੈਨਲ ਤੇ ਆ ਜਾਓ ਘੱਟ ਰੇਟ ਦੇ ਦਿੰਦੇ ਹਾਂ ਬਿਲਕੁਲ ਤੇ ਕਈ ਤਾਂ ਘੱਟ ਰੇਟ ਦੇਖ ਕੇ ਚੱਲ ਜਾਂਦੇ ਤੇ ਬਾਅਦ ਦੇ ਵਿੱਚ ਫੇਰ ਮਹੀਨੇ ਦੋ ਵੀ ਨਾ ਦੇਖਦੇ ਨੇ ਬਾਅਦ ਵਿੱਚ ਵਾਪਸ ਆ ਜਾਂਦੇ ਹਾਂਜੀ ਸੋ ਘੱਟ ਰੇਟ ਅਸੀਂ ਦੇਖ ਲੈਂਦੇ ਆ ਅਕਸਰ ਹਰ ਜਗ੍ਹਾ ਹਾਂਜੀ ਤੇ ਬਾਕੀ ਉਹਦੇ ਕੀ ਬੈਕਗ੍ਰਾਉਂਡ ਹੈਗੀ ਆ ਕੀ ਉਹਦੇ ਨਫੇ ਨੁਕਸਾਨ ਆ ਅਸੀਂ ਉਹ ਨਹੀਂ ਦੇਖਦੇ ਰਾਈਟ ਸੋ ਰੇਟ ਹੋ ਸਕਦਾ ਕੋਈ ਵੱਧ ਘੱਟ ਥੋੜਾ ਬਹੁਤ ਦੇ ਕੇ ਉਹਦੇ ਚ ਹੋਰ ਕਈ ਕੁੰਡੀਆਂ ਹੋ ਸਕਦੀਆਂ ਹਾਂਜੀ ਬਿਲਕੁਲ ਹੁਣ ਅਮ 1.5% ਦੇ ਦੇਗੀ ਪਰ ਉਹਨਾਂ ਦੇ ਕੋਲ ਕਲੈਕਸ਼ਨਸ ਟੀਮ ਨਹੀਂ ਹੈ ਦਾ ਮਤਲਬ ਹੈ ਕਿ ਤੁਹਾਨੂੰ ਆਪੇ ਫੋਨ ਚੁੱਕ ਕੇ ਕਾਲ ਕਰਨਾ ਪਏਗਾ ਮੇਰੇ ਪੈਸੇ ਦੇ ਦਿਓ ਮੇਰੇ ਪੈਸੇ ਦੇ ਦਿਓ ਹੁਣ ਤੁਹਾਡੇ ਕੋਲ ਇੰਨਾ ਟਾਈਮ ਹੈਗਾ ਵੀ ਆ ਤੁਸੀਂ ਸਟਰਕਚਰ ਲਾਣਾ ਚਾਹੁੰਦੇ ਹੋ ਆ ਅੱਛਾ ਹਾਂਜੀ ਸੋ ਇਹ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਇਹ ਸਾਰਾ ਕੁਝ ਹੈਗਾ ਫੈਕਟਿੰਗ ਦੇ ਵਿੱਚ ਹਾਂਜੀ ਔਰ ਜਿਵੇਂ ਹਰ ਕੰਮ ਦੇ ਵਿੱਚ ਕੋਈ ਨਾ ਕੋਈ ਲੂਪ ਹੋ ਕੋਈ ਨਾ ਕੋਈ ਕੁੰਡੀ ਹੁੰਦੀ ਹੈ ਹਾਂਜੀ ਇਸ ਕੰਮ ਦੇ ਵਿੱਚ ਵੀ ਹੈਗੇ ਸੋ ਅਸੀਂ ਇਹ ਬ੍ਰਿਖ ਤੇ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂਾਂ ਵਾਸਤੇ ਜਰੂਰ ਜਾਣਨਾ ਚਾਹਾਂਗੇ ਪਿਛਲੇ ਕੋਈ ਫੈਕਟਰੀ ਕਿਸੇ ਕੰਪਨੀ ਨਾਲ ਵੀ ਐਨਰੋਲ ਹੁੰਦਾ ਕਿਸੇ ਇੱਕ ਹੋਰ ਕੰਪਨੀ ਦਾ ਕਰਦਾ ਇੱਕ ਤਾਂ ਇਹ ਹੈਗਾ ਵੀ ਤੁਹਾਨੂੰ ਕਾਲ ਜ਼ਰੂਰ ਕਰ ਲੈਣਾ ਪਹਿਲਾਂ ਪਹਿਲੇ ਸਾਨੂੰ ਕਾਲ ਕਰ ਦੋ ਜਿੰਨਾ ਮਰਜ਼ੀ ਕਰਨ ਹਾਂਜੀ ਐਨਰੋਲ ਜਿੰਨਾ ਮਰਜ਼ੀ ਹੁਣ ਕਾਲ ਜ਼ਰੂਰ ਕਰ ਲੈਣ ਤੇ ਦੂਜਾ ਇਹ ਹੈ ਵੀ ਚਲੋ ਫਿਰ ਵੀ ਅਗਰ ਕੋਈ ਕਾਲ ਨਹੀਂ ਵੀ ਕਰਦਾ ਹੁਣ ਪ੍ਰੋਗਰਾਮ ਦੇਖ ਰਿਹਾ ਸੁਣ ਰਿਹਾ ਉਹਨਾਂ ਨੂੰ ਕਿਹੜਾ ਗੱਲਾਂ ਤਿਆਰ ਰੱਖ ਲੈਣਾ ਚਾਹੀਦਾ ਹਾਂਜੀ ਕਿਸੇ ਨਾਲ ਕੰਟਰੈਕਟ ਕਰਨ ਤੋਂ ਪਹਿਲਾਂ ਦੇਖੋ ਪਹਿਲੇ ਤੇ ਰੇਟ ਦੇ ਉੱਤੇ ਨਹੀਂ ਆੜ ਕੇ ਬੈਠੀਦਾ ਹੈਨਾ ਪਹਿਲੇ ਤੇ ਤੁਸੀਂ ਦੇਖੋ ਕਿ ਤੁਹਾਡਾ ਰੀਕੋਰਸ ਤੇ ਦਿਨ ਕਿੰਨੇ ਨੇ ਜੀ 30 ڈیز ਨੇ 60 ڈیز ਨੇ یا پورے ਜਿਹੜੇ 90 ڈیز ਨੇ ਜਿਹੜਾ ਪੂਰਾ 90 ڈیز ਦਾ ਹੈਗਾ ਉਹ ਉਹ ਬੈਸਟ ਟੂ ਬੈਸਟ ਹੁੰਦਾ ਵੇ ਰਾਈਟ ਤੁਹਾਡਾ ਰੇਟ ਫਲੈਟ ਰੇਟ ਹੈ ਜਾਂ ਤੁਹਾਡਾ ਰੇਟ ਇਨਕ੍ਰੀਮੈਂਟਲ ਰੇਟ ਹੈ ਹੁਣ ਕਈ ਕਹਿੰਦੇ ਨੇ ਕਿ 30 ਦਿਨ ਦੇ ਲਈ ਇੰਨਾ ਕੋਏਗਾ ਤੇ 30 ਦਿਨ ਤੋਂ ਬਾਅਦ ਇੰਨਾ ਹੋਏਗਾ ਅੱਛਾ 31ਵਾਂ ਦਿਨ ਜਦੋਂ ਆ ਗਿਆ ਹਾਂਜੀ ਇੰਨਾ ਹੋ ਗਿਆ ਉਹ ਚੇਂਜ ਹੋ ਗਿਆ ਤੇ ਉਹ ਮਤਲਬ ਜਿਹੜਾ 30 ਦਿਨ ਚ ਵੀ ਉਹਨਾਂ ਨੇ ਦਿੱਤਾ ਘੱਟ ਤੋਂ ਘੱਟ ਰੇਟ ਤੇ ਉਹ ਵੜ ਕੇ ਉਦੋਂ ਵੀ ਦੁੱਗਣਾ ਤੱਕ ਨਾ ਹੋ ਜਾਂਦਾ ਹਾਂਜੀ ਬਿਲਕੁਲ ਤੇ ਕਈ ਕਹਿੰਦੇ ਨੇ ਕਿ ਦੇਖੋ ਅਸੀਂ ਤੁਹਾਨੂੰ 30 ਦਿਨ ਦਾ ਐ ਰੇਟ ਦੇਦਾਗੇ ਉਸ ਤੋਂ ਬਾਅਦ ਪਰ ਡੇ ਅਸੀਂ 0.1% ਦੇਦਾਗੇ ਰਾਈਟ ਉਹ ਐਡ ਹੁੰਦਾ ਜਾਂਦਾ ਵੇ ਤੇ ਜੇ ਦੇਖੋ 0.1% 30 ਦਿਨ ਵਿੱਚ ਕਿੰਨਾ ਹੋਇਆ 3% ਹੋ ਗਿਆ ਤੇ 90 ਦਿਨ ਦੇ ਵਿੱਚ ਕਿੰਨਾ ਹੋਇਆ ਤੁਸੀਂ 3 ਤੇ 3 6 ਪਲੱਸ ਤੁਹਾਡਾ 1% 7% ਤੁਹਾਡੇ ਉੱਥੇ ਗੇ ਹਾਂਜੀ ਤੇ ਜੀ ਹਾਂ ਉਹ ਕਹਿਣ ਨੂੰ ਦੇਖਣ ਨੂੰ ਲੱਗਦਾ ਵੀ 0.1% ਚਲ ਕੋਈ ਨਹੀਂ 0.1% ਹੀ ਉਹ ਕੁਛ ਨਹੀਂ ਹੈ ਕੀ ਫਰਕ ਪੈਂਦਾ ਤੇ ਜਦੋਂ ਉਹਨੂੰ ਕੈਲਕੂਲੇਸ਼ਨ ਕਰਦੇ ਆ ਇਕੱਠਾ ਕਰਦੇ ਆ ਤਾਂ ਉਹ ਤੋਂ ਕਿਤੇ ਦੀ ਕਿਤੇ ਬਣ ਜਾਂਦਾ ਇਹ ਬਹੁਤ ਵੱਡਾ ਪੁਆਇੰਟ ਹੈਗਾ ਫੈਕਟਰੀਂਗ ਦਾ ਸੋ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਸਾਡੇ ਦਰਸ਼ਕ ਜਿਹੜੇ ਹੈਗੇ ਨੇ ਉਹ ਕਾਲ ਕਰ ਸਕਦੇ ਨੇ ਦਵਿੰਦਰ ਸਿੰਘ ਜੀ ਉਹਨਾਂ ਨੂੰ ਜਾਂ ਪੰਜਾਬੀ ਦੇ ਵਿੱਚ ਕੋਈ ਵੀ ਫੰਡਿੰਗ ਨਾਲ ਸਲੂਸ਼ਨ ਜਿਹੜਾ ਤੁਸੀਂ ਹੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦਾ ਫੈਕਟਰੀਂਗ ਦਾ ਹੈਗਾ ਤੇ ਨਾਲ ਦੀ ਨਾਲ ਇੰਸ਼ੋਰੈਂਸ ਦਾ ਹੈਗਾ ਨਾਲ ਦੀ ਨਾਲ ਹੈਗਾ ਆਪਣਾ ਡਿਸਕਾਊਂਟਡ ਫਿਊਲ ਕਾਰ ਉਹਦੇ ਵਾਸਤੇ 1888 360 4237 ਨੰਬਰ ਸਕਰੀਨ ਦੇ ਉੱਪਰ ਆ ਰਿਹਾ 1883604237 ਇਹਤੇ ਤੁਸੀਂ ਕਾਲ ਕਰੋਗੇ ਤਾਂ ਪੰਜਾਬੀ ਦੇ ਵਿੱਚ ਵੀ ਗੱਲ ਕਰ ਸਕਦੇ ਹੋ ਇਹਨਾਂ ਨਾਲ ਕਰ ਸਕਦੇ ਹੋ ਗੱਲ ਇਹਨਾਂ ਨਾਲ ਡਾਇਰੈਕਟ ਕਰਨੀ ਚਾਹੋ ਇਹਨਾਂ ਨਾਲ ਵੀ ਕਹੋਗੇ ਜੇ ਤੁਸੀਂ ਕਹੋਗੇ ਕਿ ਜਵਿੰਦਰ ਸਿੰਘ ਜੀ ਨਾਲ ਗੱਲ ਕਰਨੀ ਹੈ ਤੁਹਾਡੀ ਜਵਿੰਦਰ ਸਿੰਘ ਜੀ ਨਾਲ ਹੀ ਗੱਲ ਹੋਏਗੀ ਬ੍ਰੇਕ ਤੋਂ ਬਾਅਦ ਅਸੀਂ ਗੱਲ ਕਰਾਂਗੇ ਜੀ ਜਿਹੜਾ ਇੰਸ਼ੋਰੈਂਸ ਦੀ ਅਸੀਂ ਅਕਸਰ ਗੱਲ ਕਰੀਦੀ ਆ ਵੀ 2000 ਤੋਂ ਲੈ ਕੇ 8000 ਤੱਕ ਪਾਰ ਟ੍ਰੈਕ ਪਰ ਮਹੀਨਾ ਬਚਾ ਸਕਦਾ ਇੰਸ਼ੋਰੈਂਸ ਦੇ ਵਿੱਚ ਕਿਵੇਂ ਬਚਾ ਸਕਦਾ ਨਾਲ ਨਾਲ ਫਿਰ ਡਿਸਕਾਊਂਟ ਜਿਹੜਾ ਫਿਊਲ ਕਾਰਡ ਹੈਗਾ ਉਹਦੀ ਵੀ ਗੱਲ ਕਰਾਂਗੇ ਫਿਲਹਾਲ ਦੇਖ ਲੈਣੇ ਦੇਖਦੇ ਰਹੋ ਜਸ ਪੰਜਾਬੀ ਹਾਜ਼ਰ ਜੀ ਬੇਕਤਵਾਦ ਇੱਕ ਵਾਰ ਫਿਰ ਕੰਪਾਸ ਫੰਡਿੰਗ ਸੋਲੂਸ਼ਨ ਦਾ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਨਾਲ ਫੋਨ ਨੰਬਰ ਵੀ ਆ ਰਿਹਾ ਕੋਈ ਵੀ ਟ੍ਰਕਿੰਗ ਨਾਲ ਸੰਬੰਧਿਤ ਫੰਡਿੰਗ ਦੀ ਗੱਲ ਆਉਂਦੀ ਹੈ ਤਾਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਅੱਜ ਸਟੂਡੀਓ ਦੇ ਵਿੱਚ ਜਿਹੜੇ ਦੱਸਿਆ ਸੀ ਪਹਿਲਾਂ ਸਾਡੇ ਨਾਲ ਗੱਲਬਾਤ ਚੱਲ ਰਹੀ ਹੈ ਦਵਿੰਦਰ ਸਿੰਘ ਜੀ ਮੌਜੂਦ ਨੇ ਇਹਨਾਂ ਕੋਲ ਹੋਰ ਜਾਣਕਾਰੀ ਲੈਣੀ ਆ ਜਵਿੰਦਰ ਜੀ ਗੱਲ ਆਪਾਂ ਕਰਦੇ ਰਹੀਦਾ ਅਕਸਰ ਤੇ ਬਹੁਤ ਸਾਰੇ ਦਰਸ਼ਕਾਂ ਨੂੰ ਕਈ ਵਾਰੀ ਅਵੇਅਰ ਕਰਨ ਦੀ ਲੋੜ ਹੁੰਦੀ ਆ ਸਾਡੇ ਪੰਜਾਬੀਆਂ ਦੇ ਅਸੀਂ ਗੱਲ ਕਰੀਏ ਬਿਲਕੁਲ ਤੇ ਪੰਜਾਬੀ ਸਾਡੇ ਬੜਾ ਸੋਚਦੇ ਨੇ ਕਿਤੇ ਇੰਨੇ ਨਾ ਕੀ ਫਰਕ ਪੈਣਾ ਹਾਂਜੀ ਚਲੋ ਜੀ ਆ ਆਪਾਂ ਇੰਨਾ ਤੇਲ ਚੜਕੀ ਆ 2 ਸੈਂਟ ਵਾਧੂ ਕਿ 2 ਸੈਂਟ ਘਟਕੀ ਇਹ ਅਕਸਰ ਸੋਚ ਲੈਂਦੇ ਬਾਲੇ ਲੋਕ ਹਾਂਜੀ ਹਾਂਜੀ ਤੇ ਬਾਲੇ ਲੋਕ ਐਸੇ ਨੇ ਜਿਹੜੇ ਕੱਲੀ ਕੱਲੀ ਚੀਜ਼ ਦੇਖਦੇ ਨੇ ਵੀ ਇੱਕ ਸੈਂਟ ਵੀ ਕਿਤੇ ਵਜਦਾ ਹਾਂਜੀ ਤਾਂ ਉਹ ਬਚਾਉਂਦੇ ਨੇ ਤੇ ਅਸੀਂ ਇਨਸ਼ੋਰੈਂਸ ਦੀ ਗੱਲ ਕਰਨ ਤੋਂ ਪਹਿਲਾਂ ਡਿਸਕਾਊਂਟਡ ਫਿਊਲ ਕਾਰਡ ਦੀ ਗੱਲ ਕਰਾਂਗੇ ਕਿ ਉਹਦੇ ਵਿੱਚ ਵੀ ਅਗਰ ਅਸੀਂ ਇੱਕ ਪਰ ਟ੍ਰੱਕ ਦੀ ਗੱਲ ਐਵਰੇਜ ਦੀ ਗੱਲ ਕਰੀ ਦੀ ਆ ਕਿ 300 ਪਰ ਹਫ਼ਤਾ ਵੀ ਬਚਦਾ ਤੇ ਮਹੀਨੇ ਦਾ 1200 ਬਚਦਾ ਕਿ ਡਿਸਕਾਊਂਟਡ ਫਿਊਲ ਕਾਰਡ ਕੀ ਹੈ ਤੇ ਇਹਨੂੰ ਕਿਵੇਂ ਪ੍ਰਾਪਤ ਕਰ ਸਕਦੇ ਹੋ ਦੇਖੋ ਪਹਿਲੇ ਤੇ ਜੇ ਤੁਹਾਨੂੰ ਫਿਊਲ ਕਾਰਡ ਚਾਹੀਦਾ ਹੋਏ ਨੰਬਰ ਇਹ ਹੀ ਹੈਗਾ ਵੇ ਤੁਸੀਂ ਇੱਥੇ ਹੀ ਸਾਨੂੰ ਫੋਨ ਮਾਰ ਦਿਓ ਰਿੰਗ ਰਿੰਗ ਮਾਰ ਦਿਓ ਤੇ ਸਾਰਾ ਕੰਮ ਇੱਥੋਂ ਹੀ ਸ਼ੁਰੂ ਹੁੰਦਾ ਵੇ ਹੈਨਾ ਤੇ ਇਹਦੇ ਨਾਲ ਹੀ ਜਿਹੜਾ ਹੈਗਾ ਜੋ ਫਿਊਲ ਕਾਰਡ ਹੈਗਾ ਉਹਦੇ 'ਚ ਤੁਹਾਨੂੰ ਡਿਸਕਾਊਂਟ ਜਿਹੜਾ ਹੈਗਾ ਹੁਣ ਜਿਵੇਂ ਤੁਸੀਂ ਕਿਹਾ ਭਾਜੀ ਕਿ ਕਈ ਬੰਦੇ ਸੋਚਦੇ ਨੇ ਕਿ ਇਹ ਕਿ 2-3 ਪੈਸੇ ਕੀ ਹੋਏਗਾ ਹੈ ਨਾ ਕਈ ਤੇ ਜਿੱਦ ਹੁਣ ਗੈਸ ਪਾਉਣੀ ਜਦੋਂ ਹਾਂਜੀ ਤੇ ਉਦੋਂ ਵੀ ਨਹੀਂ ਸੋਚਦੇ ਵੀ ਇਹ ਜੋ ਚਲ 10 ਸੈਂਟ ਮਹਿੰਗਾ ਕਿ 10 ਸੈਂਟ ਨਾ 10 ਸੈਂਟ ਕੀ ਹੁੰਦੇ ਆ ਪਰ ਜਦੋਂ ਅਸੀਂ ਉਹਨੂੰ ਇੱਕ ਵਾਰੀ ਤੇਲ ਪਾਇਆ ਦੋ ਰਿਵਾ ਪੰਜ ਚਾਰ ਨਾਲ ਕੰਪੇਅਰ ਕਰਦੇ ਆ ਤੂੰ ਕਿੰਨੇ ਲਈ ਕਿੰਨੇ ਗੱਲ ਨਹੀਂ ਗਿਆ ਜੀ ਜਿਹੜੀ ਆ ਹੁਣ ਦੇਖੋ ਤੁਸੀਂ ਜਿਹੜਾ ਸਮਾਲ ਮੈਥ ਅਸੀਂ ਕਰਦੇ ਆ ਨਾ ਰਾਈਟ 15 ਪੈਸੇ ਪਰ ਗੈਲਨ ਤੁਸੀਂ ਲੈ ਲਓ ਰਾਈਟ ਇੱਕ ਟਰੱਕ ਦੇ ਵਿੱਚ ਸਮਝੋ ਲਗਭਗ 800 ਗੈਲਨ ਜੀ ਭਰ ਜਾਂਦੇ ਪਹਿਲੇ 400 ਗੈਲਨ ਦੋ ਵਾਰੀ ਹਫਤੇ ਦੇ ਵਿੱਚ 8 800 ਹੋ ਗਏ ਹੈ ਨਾ 120 ਡਾਲਰ ਜੀ ਹੁਣ 4 ਹਫਤਿਆਂ ਦੇ ਵਿੱਚ 120 ਕਿੰਨੇ ਹੋਏ 480 ਹੋ ਗਏ ਸੋ ਇਹ ਜੇ ਦੇਖਿਆ ਜਾਏ ਕੋਈ ਛੋਟੀ ਛੋਟੀ ਮੋਟੀ ਚੀਜ਼ ਨਹੀਂ ਹੈਗੀ ਜੇ ਅਸੀਂ ਬਚਾਉਣਾ ਚਾਹੁੰਦੇ ਆ ਤੇ ਇੱਥੋਂ ਹੀ ਬਚਾਉਣਾ ਪੈਂਦਾ ਵੇ ਜੀ ਬਿਲਕੁਲ ਤੇ ਇਹ ਕਾਫੀ ਬਚ ਸਕਦੇ ਹੈਗੇ ਬਿਲਕੁਲ ਡਿਸਕਾਊਂਟਡ ਫਿਊਲ ਕਾਰਡਾ ਔਰ ਜੇ ਇੱਕ ਟਰੱਕ ਹੈਗਾ ਤੇ ਜਾਂ ਕਿਸੇ ਦੇ ਬਹੁਤ ਸਾਰੇ ਟਰੱਕ ਨੇ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੂੰ ਅਸੀਂ ਜੇ ਗੱਲ ਕਰੀਏ ਤੇ ਕੰਪਸ ਦਾ ਹੀ ਡਿਸਕਾਊਂਟਡ ਫਿਊਲ ਕਾਰਡ ਕਿਉਂ ਉਹਨਾਂ ਨੇ ਚਾਹੀਦਾ ਦੇਖੋ ਬੜੇ ਇਹਦੇ ਬੜੇ ਫਾਇਦੇ ਨੇ ਇੱਕ ਜੋ ਫਾਇਦਾ ਹੈਗਾ ਵੇ ਸਾਡੇ ਕੋਲ ਕੋਈ ਐਨੀਅਲ ਫੀ ਨਹੀਂ ਹੈਗੀ ਜੀ ਹਾਂਜੀ ਨਾ ਕੋਈ ਸਾਡੇ ਕੋਲ ਮੰਥਲੀ ਫੀ ਹੈਗੀ ਹੈ ਅੱਛਾ ਇਹਦੇ ਨਾਲ ਨਾਲ ਹੀ ਜਿਹੜਾ ਸਾਡਾ ਡਿਸਕਾਊਂਟ ਹੈ ਅਸੀਂ ਤੁਹਾਨੂੰ ਚੰਗਾ ਤੋਂ ਚੰਗਾ ਵੱਧ ਤੋਂ ਵੱਧ ਰੇਟ ਜਿਹੜਾ ਅਸੀਂ ਦੇ ਸਕਾਂਗੇ ਦੇਵਾਂਗੇ ਬੇਸਟਾਂ ਕਿ ਤੁਹਾਡੇ ਕੋਲ ਕਿੰਨੇ ਟਰੱਕ ਨੇ ਤੇ ਤੁਸੀਂ ਕਿੱਧਰ ਕਿੱਧਰ ਕਿਹੜੇ ਕਿਹੜੇ ਰੇਲੈਂਸ ਤੇ ਚਲਾਉਂਦੇ ਹੋ ਹੈਨਾ ਸੋ ਉਹਦੇ ਉੱਤੇ ਉਹਦੇ ਹਿਸਾਬ ਤੇ ਅਸੀਂ ਤੁਹਾਨੂੰ ਦੇਵਾਂਗੇ ਬੈਸਟ ਡੇਟ ਜਿਹੜਾ ਦੇ ਸਕਦੇ ਆ ਹੁਣ ਤੁਸੀਂ ਜੇ ਸਾਡੇ ਨਾਲ ਫੈਕਟਰੀਂਗ ਵੀ ਕਰੋਗੇ ਤੁਹਾਨੂੰ ਰੇਟ ਹੋਰ ਵੱਧ ਵਧੀਆ ਮਿਲੇਗਾ ਕਿਉਂਕਿ ਜਿੰਨੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਕਰੋਗੇ ਉਨਾਂ ਹੀ ਤੁਹਾਡਾ ਸਹਾਈ ਹੋਏਗਾ ਜੀ ਬਿਲਕੁਲ ਇਹ ਤਾਂ ਹੈ ਫੈਕਟਰੀਂਗ ਕਰਦੇ ਨੇ ਇੰਸ਼ੋਰੈਂਸ ਵੀ ਕਰਾਉਂਦੇ ਨੇ ਤੇ ਨਾਲ ਦੇ ਨਾਲ ਫਿਊਲ ਕਾਰਡ ਲੈਂਦੇ ਨੇ ਤੋਂ ਮੇਰੇ ਖਿਆਲ ਬਹੁਤ ਸਾਰਾ ਫਾਇਦਾ ਹੋ ਸਕਦਾ ਤੇ ਜੇ ਇੱਕ ਇੱਕ ਚੀਜ਼ ਕਰਦੇ ਆ ਉਹਦਾ ਸ਼ਾਇਦ ਘੱਟ ਫਾਇਦਾ ਹੋਵੇ ਸ਼ਾਇਦ ਘੱਟ ਹੋਏਗਾ ਪਰ ਉਹਦਾ ਵੀ ਬਹੁਤ ਫਾਇਦਾ ਹੋਏਗਾ ਕੰਪੈਰੀਟ ਹਾਂਜੀ ਤੇ ਕਾਫੀ ਫਾਇਦਾ ਉਹਦਾ ਹੋ ਸਕਦਾ ਤੇ ਇਹ ਅਸੀਂ ਫਿਊਲ ਕਾਰਡ ਦੀ ਪਹਿਲਾਂ ਵੀ ਗੱਲ ਕੀਤੀ ਹੈ ਕਿ ਤੁਸੀਂ ਜਿਵੇਂ ਦੱਸਿਆ ਸੀ ਵੀ ਕੈਨੇਡਾ ਵਿੱਚ ਵੀ ਕਾਰਡ ਵਰਤਿਆ ਜਾ ਸਕਦਾ ਬਿਲਕੁਲ ਬਿਲਕੁਲ ਇਹ ਹੁਣ ਪਿਛਲੇ ਮਹੀਨੇ ਅਸੀਂ ਜਿਹੜਾ ਹੈਗਾ ਵੇ ਪ੍ਰੋਗਰਾਮ ਸ਼ੁਰੂ ਕੀਤਾ ਵੇ ਕਿ ਬਸ ਅਮਰੀਕਾ ਚ ਨਹੀਂ ਪਰ ਕੈਨੇਡਾ ਚ ਵੀ ਅਸੀਂ ਹੁਣ ਕਰ ਸਕਦੇ ਆ ਸੋ ਜਿਹੜੇ ਸਾਡੇ ਵੀਰ ਭੈਣ ਨੇ ਜਿਹੜੇ ਇੱਥੇ ਯੂ ਐਸ ਵਿੱਚ ਨੇ ਤੇ ਕੈਨੇਡਾ ਚ ਚਲਾਉਂਦੇ ਨੇ ਉਹਨਾਂ ਦਾ ਫਿਊਲ ਕਾਰਡ ਉੱਥੇ ਵੀ ਚੱਲੇਗਾ ਤੇ ਜਿਹੜੇ ਸਾਡੇ ਵੀਰ ਭੈਣ ਕੈਨੇਡਾ ਚ ਵੀ ਨੇ ਤੇ ਕੈਨੇਡਾ ਚ ਹੀ ਚਲਾਉਂਦੇ ਨੇ ਉੱਥੇ ਵੀ ਉਹਨਾਂ ਦਾ ਉਹ ਅਸੀਂ ਕੰਮ ਕਰ ਸਕਦੇ ਆ ਤੇ ਉਹ ਕਾਰਡ ਤੁਸੀਂ ਇੱਥੋਂ ਭੇਜ ਦਿਓ ਜਾਂ ਕੀ ਕਰਦੇ ਫਿਰ ਬਿਲਕੁਲ ਅਸੀਂ ਫੈਡੈਕਸ ਦੇ ਥਰੂ ਭੇਜ ਦਿੰਦੇ ਆ ਜਾਂ ਜਿੱਥੋਂ ਵੀ ਜਿਵੇਂ ਵੀ ਤੁਸੀਂ ਚਾਹੁੰਦੇ ਹੋ ਅਸੀਂ ਉਹਦੇ ਥਰੂ ਭੇਜ ਦਿੰਦੇ ਆ ਤੁਹਾਨੂੰ ਡਾਇਰੈਕਟਲੀ ਮਿਲ ਜਾਏਗਾ ਜੀ ਤੇ ਹੁਣ ਅਸੀਂ ਗੱਲ ਕਰਾਂਗੇ ਜਿਹੜੀ ਹੈਗੀ ਆ ਇੰਸ਼ੋਰੈਂਸ ਦੀ ਹਾਂਜੀ ਇੰਸ਼ੋਰੈਂਸ ਦਾ ਜਿਵੇਂ ਜ਼ਿਕਰ ਕਰੀਦਾ ਲੋਕ ਹੈਰਾਨ ਹੁੰਦੇ ਨੇ ਹਾਂਜੀ ਯਾਰ ਇੰਨੀ ਇੰਸ਼ੋਰੈਂਸ ਦਾ ਟੋਟਲ ਨਹੀਂ ਹੁੰਦੀ ਟਰੱਕਾਂ ਦੀ ਕਈਆਂ ਦੀ ਤੇ ਇੰਨੀ ਇੰਸ਼ੋਰੈਂਸ ਤੋਂ ਪੈਸੇ ਬਚ ਸਕਦੇ ਆ ਹਾਂਜੀ 2000 ਤੋਂ ਲੈ ਕੇ 7-8000 ਤੱਕ 8000 ਤੱਕ ਪਰ ਜੇ ਅਸੀਂ 2000 ਮਿਨੀਮਮ ਦੀ ਗੱਲ ਕਰੀਏ ਤੇ ਮਿਨੀਮਮ ਕਿਵੇਂ ਕਿਉਂ ਬਚਦੇ ਆ ਤੇ ਜਿਹੜੇ ਮੈਕਸਿਮਮ ਆ ਉਹ ਕਿਉਂ ਬਚਦੇ ਦੇਖੋ ਇਹ ਜੋ ਹੈਗਾ ਵੇ بیس ਹੁੰਦਾ ਵੇ ਤੁਹਾਡੇ ਜਿਹੜੇ ਲਾਸ ਰਨਸ ਨੇ ਤੁਹਾਡਾ ਰੈਕੋਰਡ ਹੈ ਨਾ ਤੁਸੀਂ ਕਿੰਨੀ ਕਿੰਨੀ ਚੇ ਲਈ ਤੁਸੀਂ ਚਲਾ ਰਹੇ ਹੋ ਟਰੱਕ ਇਹ ਜਿਹੜੀ ਹੈਗੇ ਨੇ ਸਾਰੀ ਸਾਰੇ ਫੈਕਟਰਸ ਅਸੀਂ ਲੈ ਕੇ ਨਾ ਤੁਹਾਡਾ ਰੇਟ ਸੈੱਟ ਕਰਦੇ ਆ ਤੇ ਉਹ ਰੇਟ ਜਿਹੜਾ ਹੈਗਾ ਉਹ ਪਰਸੈਂਟੇਜ ਬੇਸ ਦੇ ਉੱਤੇ ਹੈਗਾ ਆਫ ਗ੍ਰੋਸ ਜੀ ਹਾਂਜੀ ਸੋ ਜੇ ਤੁਸੀਂ ਘੱਟ ਚਲਾਉਂਦੇ ਹੋ ਤੁਹਾਡਾ ਜਿਹੜਾ ਹੈਗਾ ਪ੍ਰੀਮੀਅਮ ਉਹ ਵੀ ਘੱਟ ਹੁੰਦਾ ਵੇ ਜੇ ਜ਼ਿਆਦਾ ਚਲਾਉਂਦੇ ਹੋ ਉਹ ਥੋੜਾ ਜਿਹਾ ਵੱਧ ਜਾਂਦਾ ਵੇ ਪਰ ਜਿਹੜਾ ਆਮ ਇੰਸ਼ੋਰੈਂਸ ਹੈ ਉਸ ਤੋਂ ਵੀ ਘੱਟ ਹੁੰਦਾ ਵੇ ਜੀ ਹਾਂਜੀ ਤੇ ਇਹਦੇ ਵਾਸਤੇ ਕੀ ਕਰਨਾ ਪੈਗਾ ਜੇ ਤੁਹਾਡੀ ਆਰ ਆਰਜੀ ਸਿਸਟਮ ਹੈ ਕੋਈ ਹੈਗਾ ਜਾਂ ਕੀ ਹੈਗਾ ਇਹ ਹੈਗਾ ਰਿਸਕ ਰੀਟੈਂਸ਼ਨ ਗਰੁੱਪ ਆਰ ਆਰਜੀ ਸਾਡਾ ਆਪਣਾ ਹੀ ਇੰਸ਼ੋਰੈਂਸ ਹੈਗਾ ਵੇ ਜਿੰਦੇ ਤੁਸੀਂ ਇਸ ਨੰਬਰ ਤੇ ਕਾਲ ਕਰੋਗੇ ਅਸੀਂ ਤੁਹਾਨੂੰ ਇੱਕ ਫਾਰਮ ਦੇਵਾਂਗੇ ਫਾਰਮ ਭਰ ਕੇ ਲੋਸ ਰਨਸ ਤੁਸੀਂ ਭੇਜ ਦਿਓ ਤੇ ਉਸ ਤੋਂ ਬਾਅਦ ਜਿਹੜਾ ਇੰਸ਼ੋਰੈਂਸ ਰਿਪਰੈਜ਼ੈਂਟੇਟਿਵ ਹੈ ਸਾਡੇ ਕੋਲ ਦੋ ਨੇ ਜਿਹਨਾਂ ਨੂੰ ਮੈਂ ਫੁੱਲ ਟਰਸਟ ਦਿੰਦਾ ਵਾ ਇੱਕ ਤੁਸੀਂ ਮਿਲੇ ਹੋਏ ਹੋ ਅਕਸਾਨਾ ਹਾਂਜੀ ਤੇ ਦੂਜੀ ਹੈਗੀ ਕ੍ਰਿਸਟੀਨਾ ਅਸੀਂ ਉਹਨਾਂ ਦੇ ਨਾਲ ਅਸੀਂ ਕੰਮ ਕਰਦੇ ਆ ਤੇ ਉਹ ਵੱਧ ਤੋਂ ਵੱਧ ਜਿਹੜਾ ਤੁਹਾਡਾ ਰੇਟ ਹੈ ਉਹ ਸੈੱਟ ਉਹ ਦੇਖ ਕੇ ਸੈੱਟ ਕਰਕੇ ਫਿਰ ਮੈਂ ਤੁਹਾਡੇ ਨਾਲ ਕੰਸਲਟ ਕਰਦਾ ਵਾ ਕਿ ਦੇਖੋ ਇੱਥੇ ਤੁਹਾਨੂੰ ਘੱਟ ਮਿਲੇਗਾ ਇੱਥੇ ਜ਼ਿਆਦਾ ਤੁਸੀਂ ਭੇਕਰੋਗੇ ਜੀ ਤੇ ਉਹ ਵੀ ਹੁੰਦਾ ਨਾ ਕਿ ਡਾਊਨ ਪੇਮੈਂਟ ਵੀ ਹੁੰਦੀ ਹੈ ਇਹ ਹੁੰਦਾ ਹੈ ਉਹ ਹੁੰਦਾ ਉਹ ਸਾਰਾ ਮਿਲਾ ਕੇ ਕਿ ਤੁਹਾਡਾ ਫਾਇਦਾ ਕਿੱਥੋਂ ਨਿਕਲੇਗਾ ਅਸੀਂ ਫਿਰ ਤੁਹਾਨੂੰ ਉਹ ਕੰਸਲਟ ਕਰਾ ਗਏ ਜੀ ਅੱਛਾ ਤੇ ਫਿਰ ਜੇ ਆਰਆਰਜੀ ਹੈਗੀ ਤੇ ਬਾਕੀ ਇੰਸ਼ੋਰੈਂਸ ਚ ਕਿਸੇ ਨੇ ਕਰਾਉਣੀ ਹੋਵੇ ਮੰਨ ਲਓ ਆਰਆਰਜੀ ਨਾਲ ਨਹੀਂ ਅਲਿਜੀਬਲ ਹੁੰਦਾ ਪਹਿਲਾਂ ਤਾਂ ਪਸਵਾਲੇ ਕਰਦੇ ਵੀ ਆਰਆਰਜੀ ਚ ਅਲਿਜੀਬਲ ਕਿਹੜਾ ਬੰਦਾ ਨਹੀਂ ਹੋ ਸਕਦਾ ਜਿਨਨੇ ਜਿਨਨੇ ਟਰੱਕ 2 ਸਾਲ ਤੋਂ ਘੱਟ ਚਲਾਇਆ ਹੋਇਆ ਜੀ ਉਹ ਅਲਿਜੀਬਲ ਨਹੀਂ ਹੋ ਸਕਦਾ ਹਾਂਜੀ ਤੇ ਜਾਂ ਜਿਹਦੇ ਕੋਲ ਲਾਸ ਰੰਸ ਜਿਹੜੇ ਨੇ ਉਹ ਉਹਨਾਂ ਦੇ ਲਾਸਟ ਰਨਸ ਵੈਰੀ ਵੈਰੀ ਬੈਡ ਹੁੰ। ਰਾਈਟ ਹੋਪਫਲੀ ਨਾਈ ਹੋਣ ਕਿਉਂਕਿ ਉਹਦਾ ਮਤਲਬ ਹੈ ਕਿ ਉਹ ਕਿੰਨੀ ਵਾਰੀ ਉਹ ਉਹਨਾਂ ਨੇ ਟਰੱਕ ਜਿਹੜਾ ਹੈਗਾ ਠੋਕਿਆ ਆਇਆ ਕਿਤੇ ਨਾ ਕਿਤੇ ਸੋ ਹੋਪਫਲੀ ਨਾਈ ਹੋਏ ਟਿਕ ਟਾ ਤੇ ਘਟ ਹੀ ਹੁੰਦਾ ਯੂਸੂਲੀ ਮੋਸਟਲੀ ਐਕਸੀਡੈਂਟਸ ਹੁੰਦੇ ਨੇ ਜਿਵੇਂ ਜੈਕ ਨਾਈਫ ਹੋਇਆ ਜਾਂ ਕਿਸੇ ਤੇ ਸੋ ਦੋਜ਼ ਆਰ ਦ ਬਿਗ ਬਿਗ ਇਸ਼ੂਜ਼ ਜਿਹੜੇ ਅਸੀਂ ਦੇਖਦੇ ਆ ਪਰ ਮੋਸਟਲੀ ਜਿਹੜੇ ਸਾਡੇ ਹੈਗੇ ਨੇ ਪੰਜਾਬੀ ਵੀਰ ਭੈਣ ਉਹ ਕੁਆਲੀਫਾਈ ਕਰਦੇ ਨੇ ਆਰ ਆਰ ਜੀ ਦੇ ਲਈ ਪਰ ਜੇ ਤੁਸੀਂ ਕੁਆਲੀਫਾਈ ਨਹੀਂ ਕਰਦੇ ਸਾਡੇ ਕੋਲ ਹੋਰ ਵੀ ਇੰਸ਼ੋਰੈਂਸ ਉਹ ਹੈਗੀਆਂ ਨੇ ਕਿਉਂਕਿ ਸਾਡੇ ਕੋਲ ਏਜੰਟਸ ਨੇ ਅਸੀਂ ਹਰ ਜਗ੍ਹਾ ਤੋਂ ਦੇਖਦੇ ਆ ਤੇ ਦੇਖਦੇ ਕਿ ਕਿਹੜਾ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਕਰੇਗਾ ਜੀ ਉਸ ਸਾਹਿਬ ਦਾ ਤੁਸੀਂ ਫੇਰ ਕਰਕੇ ਕਿ ਚੁਰਸ ਕਰ ਦਿੰਦੇ ਹੋ ਇਹ ਵੀ ਬਹੁਤ ਵਧੀਆ ਗੱਲ ਹੈ ਜੀ ਕੈਂਪਸ ਦੀ ਅਸੀਂ ਵੈਸੇ ਅਕਸਰ ਗੱਲ ਕਰਦੇ ਰਹੀ ਤਾਂ ਬੜਾ ਕੁਝ ਹੋਇਆ ਤੇ ਪੂਰਾ ਰੰਗ ਬਣਿਆ ਤੁਸੀਂ ਹਾਂਜੀ ਪੂਰੇ ਸ਼ਹਿਰ ਦੇ ਵਿੱਚ ਮੇਰੇ ਖਿਆਲ ਜਿੱਧਰ ਦੇਖੋ ਕੈਂਪਸ ਦਾ ਕੁਝ ਨਾ ਕੁਝ ਨਜ਼ਰ ਆ ਜਾਂਦਾ ਬਿਲਕੁਲ ਟ੍ਰੱਕ ਸੇਲ ਦੀ ਗੱਲ ਕਰ ਲਈ ਟ੍ਰੇਲਰ ਦੀ ਗੱਲ ਕਰ ਲਈ ਇਹਨਾਂ ਦੀ ਗੱਲ ਕਰ ਲਈਏ ਹਾਂਜੀ ਉਹ ਰੈਸਟੋਰੈਂਟ ਵੀ ਬਹੁਤ ਸਾਰੇ ਕੈਂਪਸ ਦੇ ਨਾਂ ਹੀਟ ਹੈਗੇ ਤੁਹਾਡੇ ਬਿਲਕੁਲ ਤੇ ਸਾਰਾ ਕੁਝ ਬੜਾ ਵਧੀਆ ਹੈਗਾ ਪਰ ਅਸੀਂ ਟ੍ਰਕਿੰਗ ਨਾਲ ਸੰਬੰਧਿਤ ਮੋਸਟਲੀ ਇੱਥੇ ਗੱਲ ਕਰੀਦੀ ਹੈ ਟ੍ਰਕਿੰਗ ਨਾਲ ਸੰਬੰਧਿਤ ਇਹ ਹੈ ਵੀ ਅਸੀਂ ਸੇਲਸ ਜ ਦਾ ਕੀ ਪ੍ਰੋਸੀਜਰ ਹੈਗਾ ਉਹ ਕਿਵੇਂ ਲੋਕੀ ਤੁਹਾਡੇ ਨਾਲ ਜੁੜ ਸਕਦੇ ਉਹਦਾ ਵੀ ਪ੍ਰੋਸੀਜਰ ਜੋ ਹੈਗਾ ਤੁਸੀਂ ਇਸ ਨੰਬਰ ਨੂੰ ਕਾਲ ਕਰੋਗੇ ਤੇ ਅਸੀਂ ਡਿਪੈਂਡ ਕਰਦਾ ਜੇ ਤੁਸੀਂ ਐਟਲੰਟਾ ਚੋਂ ਤਾਂ ਅਸੀਂ ਤੁਹਾਨੂੰ ਐਟਲੰਟਾ ਵਾਲੇ ਦੇ ਸੈਂਟਰ ਦੇ ਵਿੱਚ ਕਰਾਗੇ ਜੇ ਤੁਸੀਂ ਕੈਲੀਫੋਰਨੀਆ ਚੋਂ ਸਾਡੇ ਕੋਲ ਬਲੂਮਿੰਗਟਨ ਦੇ ਵਿੱਚ ਵੀ ਹੈਗੇ ਨੇ ਜਿੱਥੇ ਟਰੱਕ ਸੇਲ ਟ੍ਰੇਲਰ ਲੀਜ਼ ਹੈਗੇ ਨੇ ਤੇ ਅਸੀਂ ਟੈਡੀ ਦੇ ਨਾਲ ਮਿਲਾ ਦਗੇ ਉਹ ਉਥੋਂ ਦਾ ਹੈਗਾ ਵੇ ਸੋ ਇਹਨਾਂ ਨੂੰ ਪਤਾ ਹੋਵੇ ਕੀ ਕੀ ਕਰਨਾ ਵੇ ਸਾਡੇ ਜਿਹੜੇ ਪੰਜਾਬੀ ਹੈਗੇ ਨੇ ਉਹਨਾਂ ਦਾ ਕੀ ਉਹਨਾਂ ਦਾ ਮੇਨ ਲੋੜ ਕੀ ਹੈਗੀ ਹੈ ਯੂ نو ਉਹਨਾਂ ਦੇ ਕੀ ਨੀਡਸ ਨੇ ਤੇ ਉਹਨਾਂ ਨੂੰ ਪਤਾ ਵੈ ਤੇ ਜੇ ਉਹ ਤੁਹਾਡੇ ਨਾਲ ਸਮਝੋ ਕਿ ਤੁਸੀਂ ਇੰਗਲਿਸ਼ ਨਹੀਂ ਬੋਲ ਸਕਦੇ ਰਾਈ ਤੁਸੀਂ ਪੰਜਾਬੀ ਚ ਹੀ ਬੋਲਣਾ ਚਾਹੁੰਦੇ ਹੋ ਤੇ ਫਿਰ ਮੈਂ ਮੋਰ ਦਨ ਹੈਪੀ ਟੂ ਤੁਹਾਡੇ ਦੀ ਟ੍ਰਾਂਸਲੇਟ ਕਰਨ ਲਈ ਜੇ ਕਰ ਸਕਦੇ ਹੋ ਕਰ ਸਕਦੇ ਆ ਜੇ ਕਿਸੇ ਨੂੰ ਦੂਰ ਨੇੜੇ ਵੀ ਟ੍ਰੱਕ ਚਾਹੀਦਾ ਤੁਸੀਂ ਉੱਥੇ ਅਵੇਲੇਬਲ ਕਰ ਸਕਦੇ ਜਿੱਥੇ ਜਾ ਸਕਦੇ ਹੋ ਹਾਂਜੀ ਉੱਥੇ ਕਰ ਸਕਦੇ ਆ ਨਾਲੇ ਮੈਂ ਇੱਕ ਚੀਜ਼ ਹੋਰ ਕਹਿੰਦਾ ਕਿ ਇੱਥੇ ਕੈਲੀਫੋਰਨੀਆ ਚ ਤੇ ਮੈਂ ਹਰ ਮਹੀਨੇ ਆਂਦਾ ਐਂਡ ਦੇ ਵਿੱਚ ਜੇ ਤੁਸੀਂ ਕੋਈ ਮੀਟਿੰਗ ਜਾਂ ਕੰਸਲਟੇਸ਼ਨ ਸੈੱਟ ਕਰਨੀ ਹੋਏ ਇੱਥੋਂ ਨੰਬਰ ਤੁਸੀਂ ਡਾਇਲ ਕਰ ਲਓ ਜੇ ਤੁਸੀਂ ਗੁਰਪ੍ਰੀਤ ਦਾ ਫੋਨ ਵੱਜੇਗਾ ਜਾਂ ਅਨਮੋਲ ਦਾ ਜੇ ਪ੍ਰਿਤਪਾਲ ਜਾਂ ਜੇ ਮੇਰਾ ਫੋਨ ਹੋਏ ਤੁਸੀਂ ਕਹਿ ਦਿਓ ਕਿ ਮੈਂ ਦਵਿੰਦਰ ਭਾਜੀ ਨਾਲ ਮਿਲਣਾ ਚਾਹੁੰਦਾ ਵਾ ਕਿਉਂਕਿ ਥੋੜੀ ਜੀ ਕੰਸਲਟੇਸ਼ਨ ਕਰਨੀ ਹੈ ਤੇ ਆਪਾਂ ਡੇਟ ਸੈੱਟ ਕਰਕੇ ਤੁਹਾਡਾ ਸੈੱਟ ਕਰ ਦਾਂਗੇ ਜੀ ਇਹ ਵੀ ਸਾਰਾ ਕੁਝ ਹੈਗਾ ਬੜਾ ਵਧੀਆ ਇਹ ਸਾਰੀ ਗੱਲਬਾਤ ਹੈਗੀ ਆ ਤੇ ਇਹ ਡਿਸਪੈਚਿੰਗ ਦਾ ਵੀ ਤੁਸੀਂ ਕਰਦੇ ਹੋ ਸਾਰਾ ਉੱਥੇ ਜੇ ਤੁਹਾਨੂੰ ਕਿਸੇ ਨਾ ਡਿਸਪੈਚਿੰਗ ਵਾਲਾ ਬੰਦਾ ਜੁੜਨਾ ਚਾਹੁੰਦਾ ਤੇ ਉਹਦੇ ਵਾਸਤੇ ਕੀ ਬਸ ਹਾਂਜੀ ਉਹਦੇ ਲਈ ਜੋ ਹੈਗਾ ਤੁਸੀਂ ਇੱਥੇ ਕਾਲ ਕਰਕੇ ਅਸੀਂ ਤੁਹਾਨੂੰ ਪ੍ਰਪਾਲ ਦੇ ਨਾਲ ਮਿਲਾ ਦਿੰਦੇ ਆ ਸਾਡੀ ਇੱਕ ਦੂਜੀ ਕੰਪਨੀ ਹੈਗੀ ਹੈ ਜਿੱਥੇ ਅਸੀਂ ਰਿਫਰ ਕਰਦੇ ਆ ਉਹ ਸਾਡੀ ਨਹੀਂ ਹੈ ਪਰ ਉੱਥੇ ਅਸੀਂ ਰਿਫਰ ਕਰਦੇ ਆ ਕਿਉਂਕਿ ਅਸੀਂ ਉਹਨਾਂ ਨੂੰ ਟਰਸਟ ਕਰਦੇ ਆ ਕਿ ਉਹ ਜਿਹੜੇ ਸਾਡੇ ਪੰਜਾਬੀ ਨੇ ਉਹਨਾਂ ਨਾਲ ਬਹੁਤ ਚੰਗੀ ਤਰ੍ਹਾਂ ਕੰਮ ਕਰਦੇ ਨੇ ਨਾਲ ਨਾਲ ਉਹਨਾਂ ਕੋਲ ਕਈ ਲੀਨਸ ਨੇ ਜਿਹੜੇ ਡਾਇਰੈਕਟ ਨੇ ਜਿਹੜੇ ਚੱਲਦੇ ਰਹਿੰਦੇ ਨੇ ਉਹ ਸਪਾਟ ਮਾਰਕੀਟ ਤੇ ਵੀ ਕਰਦੇ ਨੇ ਨਾਲੇ ਡਾਇਰੈਕਟ ਲੇਨਸ ਤੇ ਵੀ ਉਹ ਚਲਾਉਂਦੇ ਨੇ ਜੀ ਹਾਂਜੀ ਤੇ ਇਹ ਸਾਰਾ ਕੁਝ ਡਿਸਪੈਚਿੰਗ ਦਾ ਤੁਸੀਂ ਸਾਰਾ ਉੱਥੇ ਕਰ ਦਿਓ ਇੱਕ ਵਾਰ ਫਿਰ ਮੈਂ ਜ਼ਰੂਰ ਗੱਲ ਕਰਨੀ ਚਾਹੁੰਦਾ ਅਸੀਂ ਸਾਡੇ ਦਰਸ਼ਕਾਂ ਵਾਸਤੇ ਕਿਉਂਕਿ ਕਈ ਟੈਲੀਵਿਜ਼ਨ ਲੇਟ ਖੋਲਦੇ ਨੇ ਕਈ ਕੁਝ ਕਰਦੇ ਨੇ ਅਸੀਂ ਕੰਮ ਕਾਫੀ ਜਾਣਕਾਰੀ ਦੇਤੀ ਹੈ ਫਿਰ ਵੀ ਓਵਰ ਆਲ ਜਿਹੜੀਆਂ ਸਰਵਿਸਿਜ਼ ਹੈ ਜਿਹਨੇ ਕੈਂਪਸ ਦੀਆਂ ਉਹ ਜ਼ਰੂਰ ਦੱਸੋ ਅਸੀਂ ਕਰਦੇ ਆ ਫਾਈਨਾਂਸਿੰਗ ਟਰੱਕ ਤੇ ਟ੍ਰੇਲਰ ਫਾਈਨਾਂਸਿੰਗ ਨਾਲ ਫੈਕਟਰੀਂਗ ਵੀ ਕਰਦੇ ਆ ਫਿਊਲ ਕਾਰਡਸ ਜਿਵੇਂ ਉਹਨਾਂ ਪਾਰੀ ਨੇ ਕਿ ਡਿਸਪੈਚਿੰਗ ਦਾ ਵੀ ਸਾਡਾ ਰਿਫਰਲ ਹਣ ਡੀਓਟੀ ਡਰਗ ਟੈਸਟਿੰਗ ਦਾ ਵੀ ਰਿਫਰਲ ਹੁਣ ਹੋ ਗਿਆ ਵੇ ਨੇਸ਼ਨ ਵਾਈਡ ਜੇ ਕਿਸੇ ਨੂੰ ਚਾਹੀਦਾ ਹੋਵੇ ਆ ਨਾਲ ਨਾਲ ਟਰੱਕ ਟਰੱਕ ਰੈਂਟਲ ਟਰੱਕ ਲੀਸਿੰਗ ਟ੍ਰੇਲਰ ਲੀਸਿੰਗ ਟਰੱਕ ਸੇਲਸ ਜੇ ਤੁਸੀਂ ਕਿਤੇ ਆ ਕੇ ਕੋਈ ਚੰਗਾ ਫੂਡ ਖਾਣਾ ਹੋਵੇ ਤੁਸੀਂ ਆਓ ਰੀਨਾ ਤੇ ਮੈਂ ਤੁਹਾਨੂੰ ਉੱਥੇ ਵੀ ਲੈ ਕੇ ਜਾ ਸਕਦਾ ਵਾ ਪਰ ਕਈ ਚੀਜ਼ਾਂ ਹੈਗੇ ਨੇ ਫਾਈਨਾਂਸਿੰਗ ਤੋਂ ਲੈ ਕੇ ਫਿਊਲ ਕਾਰਡ ਤੋਂ ਲੈ ਕੇ A to A to Z ਜਿਹੜਾ ਹੈਗਾ ਕੰਪਲੈਕਸ ਜਿਹੜਾ ਹੈਗਾ ਸਾਡਾ ਮੇਨ ਉਹ ਕਾਲ ਹੈਗਾ ਕਿ ਵੀ ਆਰ ਦੀ ਵਨ ਸਟਾਪ a uh, solution for your trucking needs ਬਿਲਕੁਲ ਸਾਰਾ ਕੁਝ ਇਹਦੇ ਵਿੱਚ ਉਹਦਾ ਬਹੁਤ ਵਧੀਆ ਤੇ ਬਹੁਤ ਚੰਗੀ ਗੱਲ ਹੈ ਹੈਗੀਏ ਕਿ ਜਿੰਨੇ ਹੈ ਕੰਪਨੀ ਸ਼ੁਰੂ ਕੀਤਾ ਸੀਗਾ ਉਹਨੇ ਸ਼ੁਰੂਆਤ ਜਿਹੜੀ ਉਹਦੀ ਸ਼ੁਰੂਆਤ ਚ ਸੀ ਨਾ ਉਹ ਵੀ ਟਰੱਕ ਚ ਲਾਂਦਾ ਸੀਗਾ ਅੱਛਾ ਜੀ ਹਾਂਜੀ ਰੋਇਡੋਬਰਸ ਨੇ ਵਿੱਚ ਹੈਗਾ ਵੇ ਉਹਦਾ ਸੀਓ ਸੀਈਓ ਤੇ ਉਹਨੇ ਹੀ ਸ਼ੁਰੂ ਕੀਤੀ ਸੀਗੀ ਟਰੱਕ ਚ ਲਾਂਚ ਤੇ ਫਿਰ ਹੁਣ ਦੇਖੋ ਕਿੱਥੋਂ ਤੱਕ ਪਹੁੰਚ ਗਿਆ ਹੈ ਜੀ ਬਿਲਕੁਲ ਤੇ ਇਹ ਸਾਰੀਆਂ ਕੰਪਨੀਆਂ ਦੇ ਵਿੱਚ ਸਾਰਾ ਅਲੱਗ-ਅਲੱਗ ਕੰਮ ਜਿਹੜਾ ਉਹ ਹੁੰਦਾ ਹੈ ਤੇ ਸ਼ੁਰੂਆਤ ਇਹ ਕਰ ਸਕਦੇ ਹਾਂ ਤੁਸੀਂ ਬਹੁਤ ਵਧੀਆ ਕੰਮ ਕੀਤਾ ਜਿਹੜਾ ਫੰਡਿੰਗ ਦਾ ਸਭ ਤੋਂ ਵੱਡਾ ਕੰਮ ਹੁੰਦਾ ਅਸੀਂ ਦੁਨੀਆ ਚ ਪੂਰੀ ਦੁਨੀਆ ਚ ਗੱਲ ਕਰੀਏ ਤੇ ਖਾਸ ਤੌਰ ਤੇ ਕੈਸ਼ ਫਲੋ ਦੇ ਨਾਲ ਹੀ ਦੁਨੀਆ ਜਿਆਦਾ ਚੱਲਦੀ ਹੈ ਹਾਂ ਜੀ ਇੰਡੀਆ ਹੋਵੇ ਚਾਹੇ ਇਧਰਲਾ ਮੁਲਕ ਸੋ ਤੁਸੀਂ ਇਹ ਸਾਰਾ ਕੁਝ ਕਰਦੇ ਹੋ ਸਾਡੇ ਦਰਸ਼ਕਾਂ ਨੂੰ ਮੈਂ ਦੱਸ ਦੇਵਾਂ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਫੈਕਟਰੀਂਗ ਦੀ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਚਾਹੁੰਦੇ ਹੋ ਜਾਣਕਾਰੀ ਕੋਈ ਵੀ ਜਿਹੜਾ ਇੰਸ਼ੋਰੈਂਸ ਦੀ ਗੱਲ ਕਰ ਲਈਏ ਚਾਹੇ ਅਸੀਂ ਕਰ ਲਈਏ ਡਿਸਕਾਊਂਟਡ ਫਿਊਲ ਕਾਰਡ ਦੀ ਗੱਲ ਕਰ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਨੰਬਰ ਸਕਰੀਨ ਦੇ ਉੱਪਰ ਆ ਰਿਹਾ ਹੈ 883604237 ਇਹਤੇ ਕਾਲ ਕਰ ਸਕਦੇ ਹੋ ਪੰਜਾਬੀ ਦੇ ਵਿੱਚ ਗੱਲ ਕਰਨ ਵਾਸਤੇ ਤੁਹਾਨੂੰ 3 3 ਜਿਹੜਾ ਉਹ ਦਬਾਉਣਾ ਪਏਗਾ ਤੇ ਬਾਕੀ ਦਿਵਿੰਦਰ ਸਿੰਘ ਜੀ ਸਾਡੇ ਸਟੂਡੀਓ 'ਚ ਆ ਕੇ ਜਾਂ ਉੱਥੇ ਜਾਣਕਾਰੀ ਸਾਨੂੰ ਅਕਸਰ ਦਿੰਦੇ ਰਹੇ ਨੇ ਅੱਜ ਵੀ ਸਟੂਡੀਓ ਦੇ ਵਿੱਚ ਆਏ ਨੇ ਸੋ ਦਿਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਨਾਲ ਨਾਲ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜਦੇ ਨੇ ਪ੍ਰੋਗਰਾਮ ਕਰਦੇ ਨੇ ਸੋ ਕਾਲ ਜ਼ਰੂਰ ਕਰੋ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਕਿਤੇ ਹੋਰ ਵੀ ਤੁਸੀਂ انرੋਲ ਕਰਨਾ ਤਾਂ ਕਾਲ ਇਹਨਾਂ ਨੂੰ ਇੱਕ ਵਾਰੀ ਕਾਲ ਜ਼ਰੂਰ ਕਰਕੇ ਦੇਖ ਲਓ ਤਾਂ ਸਲਾਹ ਜ਼ਰੂਰ ਲੈ ਲਓ ਸਲਾਹ ਦਾ ਕੋਈ ਪੈਸਾ ਨਹੀਂ ਮੇਰੇ ਖਿਆਲ ਬਿਲਕੁਲ ਕੋਈ ਪੈਸਾ ਨਹੀਂ ਬਿਲਕੁਲ ਹੀ ਨਹੀਂ ਤੇ ਅਖੀਰ ਦੇ ਵਿੱਚ ਸਭ ਦਾ ਧੰਨਵਾਦ ਕਰਦੇ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਨਾਲ ਨਾਲ ਦਿਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ